ਤਰਨ ਤਾਰਨ ਕਸਬਾ ਝਬਾਲ ਦੇ ਵਿੱਚ ਸਥਿਤ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਇੱਕ ਬੇਅਦਬੀ ਦੀ ਘਟਨਾ ਜਿਹੜੀ ਵਾਪਰੀ ਹੈ। ਦੱਸ ਦਈਏ ਕਿ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਜਿਹੜਾ ਉੱਥੋਂ ਦੇ ਲੋਕ ਜਿਹੜੇ ਗੁਰਦੁਆਰਾ ਸਾਹਿਬ 'ਚ ਨਮਸਤਕ ਹੋਣ ਦੇ ਲਈ ਆਏ ਸੀ, ਉਸ ਨੂੰ ਜਿਹੜਾ ਉੱਥੇ ਫੜ ਲਿਆ, ਜਿਸ ਤੋਂ ਬਾਅਦ ਉਸਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ। ਫਿਲਹਾਲ ਬੇਅਦਬੀ ਕਰਨ ਦਾ ਕਾਰਨ ਜਿਹੜਾ ਸਪਸ਼ਟ ਨਹੀਂ ਹੋ ਪਾਇਆ। ਤੁਸੀਂ ਤਸਵੀਰਾਂ ਦੇਖੋ, ਇਸ ਵਕਤ ਥਾਣੇ ਦੇ ਵਿੱਚ ਮੌਜੂਦ ਆ SGPC ਦੇ ਮੈਂਬਰ ਅਤੇ ਨਾਲ ਪੁਲਿਸ ਮੁਲਾਜ਼ਮ ਜਿਹੜੇ ਨੇ, ਇੰਸਪੈਕਟਰ ਜਿਹੜੇ ਨੇ, ਉਹ ਇੱਥੇ ਮੌਜੂਦ ਨੇ। ਔਰ ਬਾਬਾ ਜੀ ਨਾਲ ਗੱਲਬਾਤ ਵੀ ਕਰ ਲੈਂਦੇ ਹਾਂ। ਬਾਬਾ ਜੀ, ਕੀ ਸਾਰੀ ਘਟਨਾ ਵਾਪਰੀ ਸੀ ਉੱਥੇ ਔਰ ਕਿਸ ਤਰੀਕੇ ਨਾਲ ਪਤਾ ਲੱਗਾ? ਅੱਜ ਤਕਰੀਬਨ 9:15 ਕਰਮਜੀਤ ਸਿੰਘ ਸਪੁੱਤਰ ਹਰਦਿਆਲ ਸਿੰਘ ਵਾਸੀ ਭੋਜੀਆਂ, ਜੋ ਅੱਜ ਕੱਲ੍ਹ ਝਬਾਲ ਭਗਤ ਜਲਨ ਕਲੋਨੀ 'ਚ ਰਹਿੰਦੇ ਆ, ਉਹ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਕਰਦਾ ਅਤੇ ਜਿੱਥੇ ਗੁਟਕਾ ਸਾਹਿਬ ਹੁੰਦੇ ਅਲਮਾਰੀ ਦੇ ਵਿੱਚ, ਉੱਥੋਂ ਗੁਟਕਾ ਸਾਹਿਬ ਲੈਂਦਾ। ਗੁਟਕਾ ਸਾਹਿਬ ਲੈ ਕੇ ਇਹਦੇ ਵਿੱਚੋਂ ਕੁਝ ਅੰਗ ਜਿਹੜੇ ਉਹ ਪਾੜ ਦਿੰਦਾ। ਉਸ ਸਮੇਂ ਸਾਡਾ ਸੇਵਾਦਾਰ ਜਿਹੜਾ ਮੌਜੂਦ ਸੀ ਅਤੇ ਪਹਿਰੇਦਾਰ ਸੇਵਾਦਾਰ ਨੇ ਉਸੇ ਵੇਲੇ ਉਹਨੂੰ ਫੜ ਲਿਆ ਔਰ ਇਸ ਵਕਤ ਪੁਲਿਸ ਦੇ ਹਵਾਲੇ ਕੀਤਾ ਔਰ ਉਹਦੇ ਉੱਪਰ ਮੁਕੱਦਮਾ ਵੀ ਦਾਇਰ ਜਿਹੜਾ ਹੋ ਚੁੱਕਾ ਹੈ। ਔਰ ਨਾਲ ਦੀ ਨਾਲ ਇਹ ਵੀ ਹੈ ਕਿ ਇਹਦਾ ਕਾਰਨ ਕੀ ਸੀ ਇਹਦੇ ਪਿੱਛੇ, ਕਿਉਂਕਿ ਦੱਸਿਆ ਜਾਂਦਾ ਹੈ, ਕਿਉਂਕਿ ਮੈਨੂੰ ਨਹੀਂ ਪਤਾ, ਸੁਣਿਆ ਹੈ ਸੇਵਾਦਾਰਾਂ ਤੋਂ ਪਤਾ ਲੱਗਦਾ ਵੀ ਉਹ ਲੰਮੇ ਸਮੇਂ ਤੋਂ ਇੱਥੇ ਸੇਵਾ ਕਰਨ ਵੀ ਆਉਂਦਾ ਸੀ ਭਾਂਡਿਆਂ ਦੀ, ਪਰ ਅੱਜ ਜਿਹੜਾ ਉਹਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਹੈ, ਉਹਦੇ ਪਿੱਛੇ ਕੀ ਕਾਰਨ ਸੀ ਇਸ ਦੀ ਅਜੇ ਪੁੱਛ ਪੜਤਾਲ ਹੋਣੀ ਹੈ। ਇਸ ਵਾਸਤੇ ਅਸੀਂ ਸਾਰੇ ਜਿਹੜਾ ਵਾ ਝਬਾਲ ਥਾਣੇ ਦੇ ਵਿੱਚ ਬੈਠੇ ਹੋਏ ਹਾਂ ਕਿ ਇਹ ਪਤਾ ਕੀਤਾ ਜਾਵੇ ਕਿ ਉਸਨੇ ਐਡੀ ਵੱਡੀ ਘਟਨਾ ਨੂੰ ਅੰਜਾਮ ਕਿਉਂ ਦਿੱਤਾ ਹੈ। ਲੱਤਾਂ ਤੋਂ ਦਬਾਉਣਗੇ ਜੀ ਵੈਸੇ? ਹਾਂਜੀ, ਲੱਤਾਂ ਤੋਂ ਆ ਰਹੀ ਆ, ਲੱਤਾਂ ਤੋਂ ਚੱਲ ਨਹੀਂ ਸਕਦਾ ਉਹ, ਅਤੇ ਨਸ਼ਾ ਵੀ ਕਰਦਾ ਲੱਗਦਾ। ਵੈਸੇ ਜੇ ਅਸੀਂ ਉਤਰਾਂ ਗੱਲ ਕਰੀਏ ਪਰਿਵਾਰ ਦੀ, ਪਰਿਵਾਰ ਅੰਮ੍ਰਿਤਧਾਰੀ ਆ, ਇਹਨੇ ਵੀ ਕਿਰਪਾਨ ਪਾਈ ਹੋਈ ਆ, ਸਾਨੂੰ ਪਤਾ ਨਹੀਂ ਵੀ ਅਸਲੀ ਕਿ ਨਕਲੀ ਕਿਰਪਾਨ ਇਹਨੇ ਵੀ ਪਾਈ ਹੋਈ ਆ, ਪਰ ਸਾਡਾ ਮਸਲਾ ਇੱਥੇ ਕਿ ਇਹਨੇ ਗੁਟਕਾ ਸਾਹਿਬ ਜੀ ਦਾ ਨਿਰਾਦਰ ਕਿਉਂ ਕੀਤਾ ਹੈ, ਅਸੀਂ ਉਸ ਅਸਲੀਅਤ ਨੂੰ ਜਾਣਨਾ ਚਾਹੁੰਦੇ। ਇਸ ਵਾਸਤੇ ਅਸੀਂ ਥਾਣਾ ਝਬਾਲ ਦੇ ਵਿੱਚ ਬੈਠੇ ਹੋਏ ਹਾਂ। ਬਿਲਕੁਲ, ਪੁਲਿਸ ਨੇ ਜਿਹੜਾ ਮੁਕੱਦਮਾ ਦਰਜ ਕਰਤਾ, ਹੋਰ ਕੋਈ ਗੱਲਬਾਤ ਉਹਦੇ ਬਾਰੇ ਪਤਾ ਲੱਗ ਸਕੀ ਹੈ ਕਿ ਜਿਵੇਂ ਭਾਂਡੇ ਦੀ ਸੇਵਾ ਕਰਨ ਦੌਰਾਨ ਕਿਸੇ ਨੇ ਕੋਈ ਗੱਲਬਾਤ ਜਾਂ ਕੀਤੀ ਹੋਵੇ, ਜਿਵੇਂ ਆਪਣੇ ਸੇਵਾਦਾਰ ਵੀ ਉੱਥੇ ਮੌਜੂਦ ਹੁੰਦੇ ਆ, ਕੋਈ ਗੱਲਬਾਤ ਆਪਸੀ ਕੀਤੀ ਹੋਵੇ, ਜਿਵੇਂ ਅੱਜ ਸਵੇਰੇ ਘਟਨਾ ਨੂੰ ਉਸਨੇ ਅੰਜਾਮ ਦਿੱਤਾ? ਨਹੀਂ, ਇਸ ਤਰ੍ਹਾਂ ਦੀ ਪਹਿਲਾਂ ਕੋਈ ਗੱਲ ਨਹੀਂ ਸੁਣੀ ਜੀ, ਨਾ ਕਿਸੇ ਨਾਲ ਕੋਈ ਗੱਲ ਕੀਤੀ ਗਈ ਹੈ। ਮਤਲਬ ਪਹਿਲਾਂ ਆਉਂਦਾ ਰਿਹਾ ਵਾ, ਸੇਵਾ ਹੀ ਕਰਦਾ ਰਿਹਾ ਮਤਲਬ? ਜੀ, ਇਹੀ ਸੁਣਨ 'ਚ ਆਇਆ ਜੀ। ਬਿਲਕੁਲ, ਪੁਲਿਸ ਮੁਲਾਜ਼ਮ ਜੱਸਾ ਸਿੰਘ ਜੀ ਵੀ ਇੱਥੇ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਸਰ, ਕੀ ਸਾਰੀ ਜਿਹੜੀ ਘਟਨਾ ਜਿਹੜੀ ਆ ਵਾਪਰੀ ਆ ਔਰ ਕੀ ਘਟਨਾਕ੍ਰਮ ਸਾਰਾ ਹੋਇਆ, ਕਿਸ ਤਰੀਕੇ ਦੀ ਘਟਨਾ ਹੋਈ ਇੱਥੇ ਗੁਰਦੁਆਰਾ ਸਾਹਿਬ 'ਚ? ਕਰਮਜੀਤ ਸਿੰਘ ਨਾਂ ਦਾ ਲੜਕਾ ਸੀ ਜੀ, ਕਰਮਜੀਤ ਸਿੰਘ ਨਾਂ ਦਾ ਲੜਕਾ ਸੀ ਅਤੇ ਲੱਤ ਤੋਂ ਹੀ ਅਪਾਹਜ ਸੀ। ਗੁਰਦੁਆਰਾ ਸਾਹਿਬ 'ਚ ਅੱਗੇ ਵੀ ਕਿਤੇ ਭਾਂਡੇ ਦੀ ਸੇਵਾ ਪਹਿਲਾਂ ਵੀ ਲਗਾਤਾਰ ਕਰਦਾ ਹੁੰਦਾ ਸੀ ਰੋਜ਼। ਅੱਜ ਪਤਾ ਨਹੀਂ ਇਹਦੇ ਕੀ ਮਨ ਦੇ ਵਿੱਚ ਆਈ, ਇਹਨੇ ਦਰਬਾਰ ਦੇ ਵਿੱਚ ਜਾ ਕੇ ਉੱਥੇ ਜਿੱਥੇ ਗੁਟਕਾ ਸਾਹਿਬ ਰੱਖੇ ਹੁੰਦੇ ਨਾ, ਉੱਥੋਂ ਲੈ ਕੇ ਇਹਨੇ ਉਹਦੇ ਵਿੱਚੋਂ ਕੁਝ ਅੰਗ ਜਿਹੜੇ ਇਹਨੇ ਪਾੜਤੇ, ਪਰ ਮੌਕੇ 'ਤੇ ਸੇਵਾਦਾਰਾਂ ਨੇ ਉੱਥੇ ਕਬਜ਼ੇ 'ਚ ਇਹਨੂੰ ਫੜਿਆ, ਜਾਣ ਕੇ ਦੇ 'ਤੇ FIR ਦਰਜ ਕਰਤੀ ਹੈ। 86 ਨੰਬਰ FIR 295 ਤਹਿਤ ਦਰਜ ਕੀਤੀ। ਅਤੇ ਕੁਛ ਗੱਲਬਾਤ ਪਤਾ ਲੱਗ ਸਕੀ ਹੋਵੇ ਜਦੋਂ ਸੇਵਾਦਾਰਾਂ ਨੇ ਫੜ ਕੇ ਫੜਾਇਆ, ਤਾਂ ਕੋਈ ਪੁੱਛ ਗਿੱਛ ਕੁਛ ਸਾਹਮਣੇ ਆਇਆ ਹੋਵੇ ਪਹਿਲੀ ਇਨਵੈਸਟੀਗੇਸ਼ਨ 'ਚ? ਨਹੀਂ, ਅਜੇ ਕੋਈ ਸਪਸ਼ਟ ਨਹੀਂ ਹੋ ਸਕਿਆ ਵੀ ਕੀ ਕਾਰਨ ਬਣਿਆ, ਥੋੜ੍ਹਾ ਜਿਹਾ ਇਹ ਦਿਮਾਗੀ ਤੌਰ 'ਤੇ ਵੀ ਪੂਰਾ ਸਹੀ ਨਹੀਂ ਲੱਗ ਰਿਹਾ। ਅੰਮ੍ਰਿਤਧਾਰੀ ਹੈ ਵੈਸੇ? ਹਾਂਜੀ, ਅੰਮ੍ਰਿਤਧਾਰੀ ਹੈ, ਯਾਤਰਾ ਪਾਇਆ ਵਾ, ਪਰਿਵਾਰ ਵੀ ਅੰਮ੍ਰਿਤਧਾਰੀ ਪਿੱਛੇ, ਪਰਿਵਾਰ ਵੀ ਆਇਆ, ਉਹ ਵੀ ਲਗਾਤਾਰ ਬਾਬਾ ਬੁੱਢਾ ਸਾਹਿਬ ਸੇਵਾ ਕਰਦੇ ਆ। ਇੰਟਰਵਿਊ ਕਰਨ ਦੇ ਲਈ ਭੇਜਿਆ ਗਿਆ ਸੀ? ਨਹੀਂ, ਪੁੱਛ ਗਿੱਛ ਕਰਾਂਗੇ ਜੀ, CIA ਭੇਜ ਦਾਂਗੇ, ਪੁੱਛ ਗਿੱਛ ਕਰਾਂਗੇ ਸਰ, ਬਰੀਕੀ ਦੇ ਨਾਲ ਕਰਾਂਗੇ ਕਿਉਂ ਹੋਇਆ। ਬਿਲਕੁਲ, ਇਹ ਸਨ ਜੱਸਾ ਸਿੰਘ ਜੀ ਔਰ SGPC ਦੇ ਮੈਂਬਰ ਜਿਹੜੇ ਨੇ ਜ਼ਰੂਰ ਇੱਥੇ ਪਹੁੰਚੇ ਹੋਏ ਨੇ ਔਰ ਇਹਨਾਂ ਨਾਲ ਗੱਲਬਾਤ ਹੋਈ ਹੈ। ਇਹਨਾਂ ਦਾ ਕਹਿਣਾ ਕਿ ਪੁੱਛਗਿੱਛ ਜਿਹੜੀ ਆ ਉਸ ਤੋਂ ਜਾਰੀ ਆ, ਹਾਲਾਂਕਿ ਕਾਰਨ ਜਿਹੜੇ ਨੇ ਉਹ ਨਹੀਂ ਸਪਸ਼ਟ ਹੋ ਪਾਏ ਨੇ ਕਿਸ ਕਾਰਨਾਂ ਕਰਕੇ ਉਸ ਨੇ ਜਿਹੜੀ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਔਰ ਇਸ ਘਟਨਾ ਨੂੰ ਅੰਜਾਮ ਦਿੱਤਾ। ਤਰਨ ਤਾਰਨ ਤੋਂ ਸਿਧਾਰਥ ਅਰੋੜਾ, ਨਿਊਜ਼ 18।